ਅਤੇ ਇਸ ਤਰ੍ਹਾਂ ਗੱਲ ਆਪਾਂ ਕਰਾਂਗੇ ਟੋਰਾਂਟੋ ਤੋਂ ਜਿਹੜੀ ਆ ਰਹੀ ਆ 11 ਸਾਲ ਪਹਿਲਾਂ 180 ਕਿਲੋ ਡੋਡਿਆਂ ਦੇ ਨਾਲ ਅੰਬੈਸਡਰ ਬ੍ਰਿਜ ਜਿਹੜਾ ਕਿ ਅੰਟਾਰੀਓ ਸੂਬੇ ਨੂੰ ਅਮਰੀਕਾ ਦੇ ਨਾਲ ਜੋੜਦਾ ਆ ਉੱਥੇ ਇੱਕ ਪੰਜਾਬੀ ਨੌਜਵਾਨ ਜਿਹੜਾ ਫੜਿਆ ਗਿਆ ਸੀ ਜਿਹਦੀ ਹੁਣ ਉਮਰ 40 ਸਾਲ ਆ ਸਤਵਿੰਦਰਜੀਤ ਸਿੰਘ ਖਹਿਰਾ ਉਹਨੂੰ ਅਦਾਲਤ ਨੇ 2 ਸਾਲ ਕੈਦ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਆ ਅਤੇ ਉਸਦੇ ਟਰੱਕ ਟ੍ਰੇਲਰ 'ਤੇ ਜਾਂਚ ਜਿਹੜੀ ਆ ਬਾਰਡਰ ਅਧਿਕਾਰੀਆਂ ਵੱਲੋਂ 30 ਜੁਲਾਈ 2010 ਨੂੰ ਕੀਤੀ ਗਈ ਸੀਗੀ ਅਤੇ 32 ਬਕਸਿਆਂ ਦੇ ਵਿੱਚੋਂ ਡੋਡੇ ਜਿਹਨਾਂ ਨੂੰ ਭੁੱਕੀ ਵੀ ਕਹਿ ਦਿੰਦੇ ਆ ਉਹ ਮਿਲੀ ਸੀਗੀ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਸ ਨੂੰ ਗਰੀਬਾਂ ਦੀ ਹੈਰੋਇਨ ਜਿਹੜੀ ਆ ਉਹ ਕਿਹਾ ਗਿਆ ਆ ਸੋ ਹੁਣ ਇੰਨਾ ਲੰਮਾ ਸਮਾਂ ਮੁਕੱਦਮਾ ਚੱਲਣ ਤੋਂ ਬਾਅਦ 2 ਸਾਲ ਦੀ ਜਿਹੜੀ ਆ ਸਜ਼ਾ ਉਹ ਖਹਿਰਾ ਨੂੰ ਸੁਣਾਈ ਗਈ ਆ ਹਾਲਾਂਕਿ ਜਿਹੜਾ ਕ੍ਰਾਊਨ ਸੀਗਾ ਸਰਕਾਰੀ ਵਕੀਲ ਸੀ ਉਹ 6 ਸਾਲ ਦੀ ਸਜ਼ਾ ਮੰਗ ਰਿਹਾ ਸੀਗਾ ਅਤੇ ਜਿਹੜਾ ਬਚਾਅ ਪੱਖ ਦਾ ਵਕੀਲ ਸੀਗਾ ਉਹ ਰਿਹਾਈ ਮੰਗ ਰਿਹਾ ਸੀਗਾ ਕਿ ਛੋਟੀ ਮੋਟੀ ਜਿਹੜੀ ਆ ਪ੍ਰੋਬੇਸ਼ਨ ਜਿਹੜੀ ਆ ਲਾ ਦਿੱਤੀ ਜਾਵੇ ਪਹਿਲਾਂ ਪਹਿਲ ਡੋਡੇ ਭੁੱਕੀ ਕੈਨੇਡਾ ਦਾ ਅਮਰੀਕਾ ਦੇ ਵਿੱਚ ਇਹਨਾਂ ਨੂੰ ਨਸ਼ੇ ਵਜੋਂ ਨਹੀਂ ਲਿਆ ਜਾਂਦਾ ਸੀਗਾ ਫੁੱਲਾਂ ਵਜੋਂ ਲਿਆ ਜਾਂਦਾ ਸੀਗਾ ਬਹੁਤ ਲੰਮਾ ਸਮਾਂ ਜਿਹੜੇ ਪੰਜਾਬੀ ਆ ਇਹਨਾਂ ਦੀ ਵਰਤੋਂ ਜਿਹੜੀ ਆ ਕਰਦੇ ਰਹੇ ਆ ਫੁੱਲ ਕਹਿ ਕੇ ਮੰਗਾਉਂਦੇ ਵੀ ਰਹੇ ਆ ਘਰਾਂ ਦੇ ਵਿੱਚ ਵੀ ਬੀਜੇ ਜਾਂਦੇ ਰਹੇ ਹੁਣ ਵੀ ਕਿਤਾਂ ਹੋ ਜਾਂਦੇ ਆ ਅਤੇ ਫਿਰ ਪੰਜਾਬੀਆਂ ਦਾ ਝੁਕਾਅ ਇਹਨਾਂ ਵੱਲ ਜ਼ਿਆਦਾ ਹੋ ਗਿਆ ਡਿਮਾਂਡ ਜ਼ਿਆਦਾ ਵੱਧ ਗਈ ਅਤੇ ਉਸੇ ਵੇਲੇ ਕੁਝ ਮੀਡੀਆਕਾਰ ਜਿਹੜੇ ਕੈਨੇਡੀਅਨ ਆ ਉਹਨਾਂ ਨੇ ਗੱਲਬਾਤ ਚੱਕ ਲਈ ਕਿ ਡੋਡੇ ਨਸ਼ੇ ਜਿਹੜੇ ਆ ਮਾੜਾ ਆ ਬੰਦ ਹੋਣੇ ਚਾਹੀਦੇ ਆ ਕੁਝ ਸਿਆਸਤਦਾਨ ਜਿਹੜੇ ਲੋਕਲ ਪੱਧਰ ਦੇ ਸੀਗੇ ਉਹ ਨਾਲ ਰਲ ਗਏ ਉਸ ਤੋਂ ਬਾਅਦ ਦੇ ਵਿੱਚ ਡੋਡੇ ਜਿਹੜੇ ਆ ਉਹ ਨਸ਼ਿਆਂ ਦੀ ਸੂਚੀ ਵਿੱਚ ਆ ਗਏ ਕੈਨੇਡਾ ਦੇ ਵਿੱਚ ਇਹਨਾਂ 'ਤੇ ਪਾਬੰਦੀ ਲੱਗ ਗਈ ਅਤੇ ਫੜੇ ਹੋਣ ਜਾਣ 'ਤੇ ਸਜ਼ਾ ਜਿਹੜੀ ਆ ਹੋਣ ਲੱਗ ਪਈ ਅਤੇ ਹਾਲਾਂਕਿ ਬਹੁਤ ਸਾਰੇ ਲੋਕ ਇਹਦਾ ਵਿਰੋਧ ਕਰ ਰਹੇ ਆ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਡੋਡਿਆਂ 'ਤੇ ਪਾਬੰਦੀ ਲੱਗਣ ਦਾ ਕਾਰਨ ਆ ਕਿ ਬਹੁਤ ਸਾਰੇ ਪੰਜਾਬੀ ਜਿਹੜੇ ਆ ਉਹ ਹੈਰੋਇਨ ਜਾਂ ਹੋਰ ਜਿਹੜੇ ਮਾੜੇ ਨਸ਼ੇ ਆ ਉਹ ਕਰਨ ਲੱਗੇ ਆ ਜਿਨ੍ਹਾਂ 'ਚ ਡੋਡੇ ਜਿਹੜੇ ਆ ਉਹ ਆਮ ਮਿਲਦੇ ਸੀਗੇ ਲੀਗਲ ਸੀਗੇ ਬਹੁਤ ਘੱਟ ਲੋਕ ਜਿਹੜੇ ਆ ਓਵਰਡੋਜ਼ ਹੋ ਕੇ ਮਰਦੇ ਸੀਗੇ ਇਹ ਇੱਕ ਕਸ਼ਮਕਸ਼ ਜਿਹੜੀ ਆ ਡੋਡਿਆਂ ਦੇ ਹਮਾਇਤੀਆਂ ਅਤੇ ਡੋਡਿਆਂ ਦੇ ਵਿਰੋਧੀਆਂ ਦੇ ਵਿਚਾਲੇ ਚੱਲਦੀ ਰਹਿੰਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ